ਸੱਸੀ ਜ਼ਿਆਦਾ ਹੋਸ਼ ਹੁੰਦੀ ਹੈ। ਉਹਨੂੰ ਮਸ਼ਵਰਾ ਕੀਤਾ ਸੰਗਤ ਲੋਕ ਦਿਲਾਂ ਦੀ ਜਾਤ ਤੇ ਪੁੱਛਿਆ ਕਿ ਚਾਹੁੰਦੇ ਹੋ। ਅਸੀਂ ਕਹਿ ਸੱਸੀ ਫਿਰ ਸ਼ਹੀਦ ਹੋਣਾ ਚਾਹੁੰਦੇ ਹਾਂ। ਹਦੀਸ ਸ਼ਰੀਫ ਵੀ ਹੈ, ਲੋਰ ਨਰੁੱਦਾ ਰੂਹਾਨਾ ਬਨ ਜਸਦ ਜਿਨਾ ਅਯੁਕਤ ਲਾਫੀ ਸਬੀਲ ਅੱਲਾਹ ਮਰਤਨ ਖੁਰਾ ਜਾ ਬਾਰੀ ਤਾਲਾ ਸੁਣ ਫਿਰ ਦੁਬਾਰਾ ਪੇ ਫਿਰ ਸ਼ਹੀਦ ਹੋਵਾਂ ਫਿਰ ਸ਼ਹੀਦ ਹੋਵਾਂ ਫਿਰ ਜਿਨ੍ਹਾਂ ਨੂੰ ਵੀ ਚਮਕਾਰਾ ਲਗਾਇਆ ਪੂਰਨ ਦਾ ਇਸ਼ਤਰਾ ਤੇ ਅੱਲਾਹ ਤਾਲਾ ਪਾਕ ਪੁੱਛਾਈ ਰਾਈ ਇਹ ਖਿੱਤਾ ਹੈ ਜਿਹੜੇ ਲੋਕ ਅੱਲਾਹ ਦੀ ਰਜ਼ਾ ਤੇ ਰਾਜ਼ੀ ਹਨ ਫਿਰ ਸਾਡੇ ਨਾਂ ਤੇ ਅਲਾਟ ਹੋਣਾ ਚਾਹੀਏ। ਅੱਲਾਹ ਤਾਲਾ ਨੇ ਫਰਮਾਇਆ ਸੁਮਾ ਉਮੀਦ ਹੁਕਮ ਸੁਮਾ ਯੁਹੀਕੁਮ ਸੁਮਾ ਲੈ ਤੁਰ ਜੋ ਮੇਰਾ ਕਾਨੂੰਨ ਹੈ ਤੇ ਤੁਸੀਂ ਮੇਰੇ ਕਾਨੂੰਨ ਦੇ ਖਿਲਾਫ ਵੀ ਕਾਤੀ ਹੋ ਕੇ ਫਿਰ ਸ਼ਹੀਦ ਹੋਵਾਂ ਫਿਰ ਸ਼ਹੀਦ ਹੋਵਾਂ ਫਿਰ ਸ਼ਹੀਦ ਹੋਵਾਂ। ਉਹਨਾਂ ਕਹਿੰਦੇ ਅੱਲਾਹ ਗਿਰ ਐਸੀ ਸੋਹਣੀ ਚੀਜ਼ ਸਾਨੂੰ ਅੱਲਾਹ ਪਾਕ ਦੇਵੇ ਤੇ ਇਹ ਟੁਕੜਾ ਅਗਰ ਤੇ ਅਸੀਂ ਅੱਲਾਹ ਦੀ ਰਜ਼ਾ ਦਿੱਤੇ ਰਾਜ਼ੀ ਹਾਂ ਅਸੀਂ ਇਹ ਮਹਾਰਾਜ ਜਿੰਨਾ ਵੀ ਤਮ ਸਾਰਾ ਲੋਕ ਜਿਹੜਾ ਬੈਠਾ ਹੈ ਇਨ ਵਿੱਚ ਕੋਈ ਐਸੋ ਨਹੀਂ ਜਿਸ ਕੋ ਲਾਰ ਸ਼ਰੀਫ ਨਾਲ ਅੱਲਾਹ ਨਾਲ ਤਾਲਕ ਨਾ ਹੋਵੇ ਕੋਈ ਐਸੋ ਕੋਈ ਕਿਸੇ ਕੀ ਮਾਂ ਹੋਵੇਗੀ ਕਿਸੇ ਕੀ ਫੁੱਫੀ ਹੋਵੇਗੀ ਕਿਸੇ ਕੀ ਤਾਏ ਹੋਵੇਗਾ ਕਿਸੇ ਕੋ ਚਾਚੇ ਹੋਵੇਗਾ। ਮਹਾਰਾਜ ਬਾਬਾ ਰੰਗ ਇਸ ਮੁਲਕ ਮੈਂ ਦੌਰੇ ਹੋਏ ਹੋ ਤੇ ਬਾਬਾ ਰੰਗ ਨੇ ਕਿਉਂਕਿ ਮਾਲ ਵਾਸਤੇ ਜਗ੍ਹਾ ਲਿਆ ਮੀਆਂ ਬੀਬ ਸਾਹਿਬ ਕੀ ਤੇ ਮੀਆਂ ਬੀਬ ਸਾਹਿਬ ਬਾਬਾ ਸਾਹਿਬ ਰਮਤੁੱਲਾ ਅਲੈਹ ਕਾ ਖਲੀਫਾ ਥਾ ਔਰ ਉਨਕਾ ਪੀਰ ਭਾਈ ਥਾ ਇਹਨੇ ਕਿਹਾ ਬਾਬਾ ਇਹ ਜਗ੍ਹਾ ਮੈਂ ਲੈਣੀ ਹੈ ਮੇਰੇ ਹੱਥ ਮੈਂ ਦੁਆ ਕਰ ਛੱਡੋ ਅੱਜ ਉਸ ਜਗ੍ਹਾ ਮੈਂ 24 ਘੰਟੇ ਅੱਲਾ ਅੱਲਾ ਵੇ ਔਰ ਮਸਜਿਦ ਹੈ। ਹੁਣ ਇਸੇ ਤਰ੍ਹਾਂ ਸਭ ਲੋਕ ਹਮ ਜਿੱਤ ਵੀ ਹਾਂ ਜਿੱਤ ਤੱਕ ਵੀ ਹਾਂ ਹਮ ਸਿਲਸਿਲਾ ਨਕਸ਼ਬੰਦੀ ਮਾਂ ਔਰ ਸਿਲਸਿਲਾ ਨਕਸ਼ਬੰਦੀ ਜਿਹੜਾ ਤਾਇਰ ਔਰ ਪਾਕ ਸਿਲਸਿਲਾ ਹੈ ਜਿਸ ਵਿੱਚ ਅੱਲਾਹ ਤਾਲਾ ਨੇ ਕੋਈ ਖਬਾਸਤ ਕੋਈ ਕਬਾਇਤ ਕੋਈ ਬੁਰਾਈ ਨਹੀਂ ਰੱਖੀ ਉਹ ਤਾਂ ਖੈਰ ਹੈ ਮੈਂ ਬਾਬਾ ਰੰਗ ਦਾ ਪੈਰੋਂ ਜੀ ਖਾ ਕਿਉਂ ਥਾਰੀ ਅਕੀਦਤ ਥਾਰਾ ਪਿਆਰ ਕੀ ਵਜ੍ਹਾ ਤੇ ਤੇ ਹਮ ਚਾਹਾਂਗੇ ਜਿੱਥੇ ਤੱਕ ਮਾੜੀ ਜ਼ਿੰਦਗੀ ਹੈ ਤੇ ਇਸ ਦਿਨ ਪਰ ਹਮ ਥਾਰੇ ਨਾਲ ਮਿਲਤਾ ਹੀ ਰਵਾਂ ਤੇ ਅੱਲਾਹ ਤਾਲਾ ਮਹਾਰਾਜ ਜੀ ਖਸੂਸੀ ਤੌਰ ਪਰ ਲੋਕਾਂ ਦਾ ਸਵਾਲ ਹੈ ਅੱਲਾਹ ਤਾਲਾ ਬਿਮਾਰਾਂ ਨੂੰ ਸ਼ਫਾ ਕਰੇ ਬਹੁਤ ਸਾਰਾ ਬੇ ਔਲਾਦ ਲੋਕ ਹੈ ਬਾਬਾ ਜੀ ਸਾਹਿਬ ਦਾ ਸਦਕਾ ਬਾਬੇ ਹਾਜੇ ਬੇਤੁਲਾ ਦਾ ਸਦਕਾ ਲਾਲ ਸ਼ਰੀਫ ਲਾਲੀ ਦਾ ਸਦਕਾ ਜਰਾ ਮੋਹੀ ਸਾਹਿਬ ਕੋਲ ਸਾਲੇ ਦੇ ਸ਼ਗਰ ਸੋੜੇ ਪਾਣੀ ਵਾਲੇ ਬਾਬਾ ਸਾਹਿਬ ਮੇਰੇ ਪੀਰ ਹੈ ਉਹਨਾਂ ਦੇ ਵਸੀਲੇ ਪਾਕ ਨਾਲ ਖੁਦਾ ਆਸਨ ਦੀ ਕਨਿਆੜ ਨੂੰ ਮੈਂ ਹਮੇਸ਼ਾ ਦੁਆ ਕਰਦਾ ਰਿਹਾ ਤੇ ਖੁਦਾ ਇਸ ਨੂੰ ਹਰ ਰਾਤ ਛੇਤੀ ਬਚਾ ਕੇ ਨਾਰ ਕਲੀ ਲਾਉਂਦਾ ਕਿੱਸਾ ਇਹ ਹੈ ਕਿ ਸ਼ੁਕਰ ਹੈ ਅਲਹਮਦੁਲਿਲਾ ਹਮ ਜਿਤਨਾ ਵੀ ਹਾਂ ਆਉਣਾ ਅੱਲਾਹ ਪਾਕ ਨੇ ਜੋ ਦਿਨ ਨਸੀਬ ਕੀ ਹੋ 40 ਤੇ 30 ਦਿਨ ਰੋਜ਼ਾ ਰੱਖ ਕੇ ਅੱਜ ਈਦ ਹੈ ਤੇ ਅੱਜ ਅੱਲਾਹ ਕੀ ਜ਼ਾਤ ਆਮਣਾ ਸਾਮਣਾ ਬੜੀ ਨਿਆਮਤ ਅੱਲਾਹ ਕੀ ਜਾ ਕੇ ਖੁਦਾ ਆਮਣਾ ਬੇਈਮਾਨ ਨਾ ਕਰੇ ਈਮਾਨ ਕਾਮਲ ਜਿਹੜਾ ਹਮ ਲੋਕ ਕੁਛ ਪਾ ਰਹੇ ਕੋਈ ਰਾ ਰਹੇ ਕੋਈ ਮਾਰਾ ਬੱਚਾ ਮੁਲਾਜ਼ਮ ਹੈ ਅੱਲਾਹ ਉਹਨੂੰ ਸਲਾਮਤ ਰੱਖਿਆ ਇੱਕ ਬੱਚਾ ਕਾ ਆਥਮਾ ਲੱਗ ਗਈ ਹੈ ਹਲਫਜੀਨ ਕਾ ਦੋਸਰਾ ਕਾ ਅਚਾਨਕ ਆਥਮ ਸਿਆਹੀ ਪੈ ਗਈ ਤੇ ਵੋ ਇਸ ਵਕਤ ਇਸ ਚੰਡੀਗੜ੍ਹ ਹੈ ਤੇ ਦੁਆ ਕਰੋ ਅੱਲਾਹ ਉਸ ਨੂੰ ਸ਼ਫਾ ਕਰੇ ਉਹਨੂੰ ਬੱਚੋ ਹੈ ਹੋਰ ਜਿਹੜਾ ਬਿਮਾਰ ਹੈ ਅੱਲਾਹ ਉਹਨੂੰ ਸ਼ਫਾ ਕਰੇ ਪਰੀ ਸੰਦੂਕੜੀ ਨਾ ਕਿਸੇ ਨੇ ਹੱਥ ਲਾਇਆ ਹੈ ਨਹੀਂ ਤਾਂ ਮੁਕੰਮਲ ਹੋ ਜਾਂਦੀ ਆ ਤੇ ਚੋਰ ਖੁਦਾ ਮੂੰਹ ਕਾਲੋ ਕਰੇ ਜਿਤਨਾ ਜਾਦੂਗਰ ਹੈ ਜਾਂ ਚੋਰ ਹੈ ਦੁਆ ਕਰੋ ਅੱਲਾਹ ਉਨ ਪਰ ਖਸਮ ਹੋਰ ਜਿਹੜਾ ਜਿਹੜਾ ਲੋਕ ਬਿਲਾ ਵਜਾ ਕਿਸੇ ਕੇ ਮਗਰ ਪੇ ਮੈਂ ਅੱਲਾਹ ਪਾਕ ਆਪਣੇ ਹਬੀਬ ਦੇ ਤਰਫੈਲ ਉਹਨਾਂ ਲੋਕਾਂ ਦਾ ਮੰਦਾ ਹਲ ਕਰੇ ਰਸੂਲ ਅੱਲਾਹ ਦਾ ਸਦਕਾ ਯਾ ਅੱਲਾਹ ਅਲਮੀਨ ਅਸਾਂ ਲੋਕਾਂ ਨੂੰ ਜਿੰਨੀ ਦੁਨਿਆਵੀ ਤਮਾਮ ਮੁਸ਼ਕਿਲਾਂ ਸੀ ਬੰਦੀ
اللہ جتنے بے روزگار لوگ ہیں آمین آمین یا اللہ ہمارا ملک مکہ بے بہانا لے آمین یا اللہ ملک پر خیر پیش کر آمین خدا نواں آن والا جتنا بھی ہمارا لوگ ہیں اتفاق نال پیار نال ان لوگوں نال یا جڑا لوگ اپنا اس کی عوام الناس کی خدمت کرے آمین صلی اللہ تعالی او بولے